ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ। ਇੱਕ ਆਪਾਂ ਵੀਡੀਓ ਜਿਹੜੀ ਇਦੋਂ ਪਹਿਲਾਂ ਇਨਫੋਰਮੇਸ਼ਨ ਪਾਈ ਸੀਗੀ, ਮੈਂਗਨੀ ਸਲਫੇਟ, ਜਿੰਕ ਸਲਫੇਟ ਅਤੇ ਜਿਹੜੀ ਨਾਈਟ੍ਰੋਜਨ ਨੂੰ ਆਪਾਂ ਮਿਕਸ ਕਰਕੇ ਕਿਸ ਤਰ੍ਹਾਂ ਕਰ ਸਕਦੇ ਹਾਂ ਕਿਸਾਨ ਵੀਰਾਂ, ਕਿਉਂਕਿ ਪਹਿਲਾਂ ਇਦੋਂ ਸਵਾਲ ਪੁੱਛੇ ਸੀ ਉਹ 'ਤੇ ਆਪਾਂ ਵੀਡੀਓ ਪਾਈ ਸੀ। ਇਸ 'ਤੇ ਹੁਣ ਜਿਹੜੇ ਕਿਸਾਨ ਵੀਰਾਂ ਨੂੰ ਕਈ ਵੀਡੀਓ ਦੇ ਵਿੱਚ ਕਲੀਅਰ ਨਹੀਂ ਹੋਇਆ ਜਾਂ ਉਹਨਾਂ ਨੂੰ ਸਮਝ ਆਉਣ 'ਚ ਥੋੜ੍ਹੀ ਜਿਹੀ ਕਮੀ ਰਹਿ ਗਈ ਹੈ, ਉਹਨਾਂ ਨੇ ਦੁਬਾਰਾ ਫਿਰ ਸਵਾਲ ਪੁੱਛਿਆ ਇਹਦੇ ਬਾਰੇ। ਉਹ ਆਪਾਂ ਇਹੀ ਪਾਈ ਸੀ ਕਿਸਾਨ ਵੀਰੋ ਕਿ ਮੈਂਗਨੀ ਸਲਫੇਟ, ਜਿੰਕ ਸਲਫੇਟ ਅਤੇ ਜਿਹੜਾ ਨਾਈਟ੍ਰੋਜਨ ਆ ਉਹਨੂੰ ਆਪਾਂ ਮਿਕਸ ਕਰਕੇ ਜਿਹੜਾ ਹੈਗਾ ਇੱਕ ਵਾਰੀ 'ਚ ਸਪਰੇ ਕਰ ਸਕਦੇ ਹਾਂ, ਵੱਖੋ ਵੱਖੋ ਦੇ ਸਲਿਊਸ਼ਨ ਤਿਆਰ ਕਰਨੇ ਹੈਗੇ ਆ। ਮੈਂਗਨੀ ਸਲਫੇਟ ਵੱਧ ਤੋਂ ਵੱਧ ਆਪਾਂ 0.5% ਸਲਿਊਸ਼ਨ, ਮਤਲਬ 1 ਕਿਲੋ ਨੂੰ ਆਪਾਂ 200 ਲੀਟਰ ਪਾਣੀ 'ਚ ਪ੍ਰਤੀ ਏਕੜ ਵਰਤ ਸਕਦੇ ਹਾਂ। ਜਿੰਕ ਸਲਫੇਟ ਵੀ ਵੱਧ ਤੋਂ ਵੱਧ ਜਿਹੜਾ ਹੈਗਾ 0.5% ਸਲਿਊਸ਼ਨ, 1 ਕਿਲੋ ਨੂੰ 200 ਲੀਟਰ ਪਾਣੀ 'ਚ ਪ੍ਰਤੀ ਏਕੜ ਵਰਤ ਸਕਦੇ ਹਾਂ। ਕਲੀ ਆ ਜਿਹੜੀ ਅਣਬੁਝਿਆ ਚੂਨਾ 0.5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਰਾਤ ਨੂੰ ਭਿਉਂ ਕੇ, ਜੇ 5 ਕਿੱਲੇ ਆ ਤਾਂ 2.5 ਕਿਲੋ ਜਿਹੜੀ ਕਲੀ ਰਾਤ ਨੂੰ ਭਿਉਂ ਕੇ ਰੱਖ ਦੇਣੀ ਹੈ। ਪਾਣੀ ਜਿੰਨਾ ਆਪਾਂ ਲੋੜ ਅਨੁਸਾਰ ਸਲਿਊਸ਼ਨ ਵਰਤਣਾ ਉਨਾ ਪਾ ਸਕਦੇ ਹਾਂ। ਯੂਰੀਆ 0.5 ਕਿਲੋ ਤੋਂ 1 ਕਿਲੋ ਜਿਹੜਾ ਹੈਗਾ ਪ੍ਰਤੀ ਏਕੜ ਵਰਤ ਸਕਦੇ ਹਾਂ। ਜ਼ਿਆਦਾ ਡੋਜ਼ ਪਾਉਣ ਨਾਲ ਜਿਹੜਾ ਹੈਗਾ ਸਮੱਸਿਆ ਆਉਂਦੀ ਆ, ਜੇ ਮੰਨ ਲਓ ਆਪਾਂ 5 ਕਿੱਲੇ ਜਾਂ 10 ਕਿੱਲੇ ਸਪਰੇ, 10 ਕਿੱਲਿਆਂ 'ਚ ਆਪਾਂ ਸਪਰੇ ਲੈ ਲੈਂਦੇ ਹਾਂ 1 ਕਿੱਲੇ, ਮਗਰ ਆਪਾਂ ਨੂੰ ਜਿਹੜਾ ਹੈਗਾ ਜੇ ਆਪਾਂ ਹੱਥ ਵਾਲੇ ਪੰਪ ਨਾਲ ਸਪਰੇ ਕਰਨੀ ਆ ਤਾਂ 14 ਪੰਪ ਘੱਟੋ ਘੱਟ ਲੱਗਣਗੇ, 14 ਤੋਂ 15 ਪੰਪ। ਉਹਦੇ ਵਾਸਤੇ ਆਪਾਂ 1 ਕਿੱਲੇ ਮਗਰ ਜਿਹੜਾ ਹੈਗਾ 14 ਲੀਟਰ ਜਾਂ 15 ਲੀਟਰ ਸਲਿਊਸ਼ਨ ਤਿਆਰ ਕਰ ਲਈ ਹਰੇਕ ਚੀਜ਼ ਦਾ, ਘੋਲ ਕੇ ਵੱਖਰਾ ਵੱਖਰਾ ਮੌਕੇ 'ਤੇ ਜਿਹੜਾ ਆਪਾਂ 1-1 ਲੀਟਰ ਜਿਹੜਾ ਹੈਗਾ ਪਾ ਕੇ, ਅਤੇ ਉਦੋਂ ਬਾਅਦ ਜਿਹੜਾ ਹੈਗਾ ਪੰਪ ਨੂੰ ਬਾਕੀ ਨੂੰ ਪਾਣੀ ਨਾਲ ਭਰ ਕੇ ਅਤੇ ਉਹਦੀ ਜਿਹੜੀ ਆਪਾਂ ਸਪਰੇ ਕਰ ਸਕਦੇ ਹਾਂ। ਡੋਜ਼ ਆਪਾਂ 0.5% ਰੱਖਣੀ ਆ ਜਿਹੜੇ ਜਿੰਕ ਸਲਫੇਟ ਅਤੇ ਮੈਗਨੀ ਸਲਫੇਟ ਦੀ। ਯੂਰੀਆ ਵੱਧ ਤੋਂ ਵੱਧ 0.5 ਕਿਲੋ ਤੋਂ 1 ਕਿਲੋ ਪ੍ਰਤੀ ਏਕੜ, ਅਤੇ ਕਲੀ ਆ ਜਿਹੜੀ ਉਹ ਵੀ 0.5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਰਾਤ ਨੂੰ ਭਿਉਂ ਕੇ, ਕਿਉਂਕਿ ਉਹਦਾ ਜਿਹੜਾ ਆਸਰਾ ਪਾਣੀ 'ਚ ਆ ਜਾਵੇ, ਤਾਂ ਸਵੇਰ ਨੂੰ ਜਿਹੜਾ ਹੈਗਾ ਨਿੱਤਰਿਆ ਪਾਣੀ ਕਲੀ ਦਾ ਜਾਂ ਉਹਨੂੰ ਜਿਹੜਾ ਹੈਗਾ ਫਿਲਟਰ ਕਰਕੇ ਉਹ ਆਪਾਂ ਵਰਤਣਾ ਹੈਗਾ। ਮਿਕਸ ਕਰਨ ਦਾ ਤਰੀਕਾ ਹੁੰਦਾ ਆਪਾਂ ਵੱਖੋ ਵੱਖ, ਜਦੋਂ ਘੋਲ ਤਿਆਰ ਕਰ ਲੈਂਦੇ, ਜਦੋਂ ਆਪਾਂ ਮੌਕੇ 'ਤੇ ਜਿਹੜਾ ਹੈਗਾ ਪੰਪ ਦੇ ਵਿੱਚ ਪਾ ਕੇ ਸਪਰੇ ਕਰਦੇ ਹਾਂ ਤਾਂ ਉਹਦੇ ਉਹਨਾਂ ਦੇ ਵਿੱਚ ਜਿਹੜਾ ਰਿਐਕਸ਼ਨ ਹੋਣ ਦਾ ਜਿਹੜਾ ਟਾਈਮ ਘੱਟ ਜਾਂਦਾ, ਬਾਕੀ ਜਦੋਂ ਚੀਜ਼ ਜਿਹੜੀ ਹੈਗੀ ਮਿਕਸ ਹੋ ਜਾਂਦੀ ਪਾਣੀ ਦੇ ਵਿੱਚ ਘੁਲ ਜਾਂਦੇ ਤਾਂ ਉਦੋਂ ਬਾਅਦ ਉਹਨਾਂ ਨੂੰ ਟਾਈਮ ਲੱਗਦਾ ਜਦੋਂ ਆਪਾਂ ਮਿਕਸ ਕਰਦੇ ਹੈਗੇ ਤਾਂ ਉਹਨੂੰ ਰਿਐਕਸ਼ਨ ਕਰਨ ਦੇ ਵਿੱਚ। ਵੈਸੇ ਵੀ ਜਦੋਂ ਆਪਾਂ ਚੀਜ਼ ਦਾ ਜਿਹੜਾ ਸਲਿਊਸ਼ਨ ਤਿਆਰ ਕਰਕੇ ਸਪਰੇ ਕਰਤਾ ਤਾਂ ਉਹਦਾ ਜਿਹੜਾ ਹੈਗਾ ਅਸਰ ਆ ਉਹ ਕਣਕ 'ਤੇ ਹੋ ਜਾਂਦਾ। ਯੂਰੀਆ ਆਪਾਂ ਤਾਂ ਪਾਉਂਦੇ ਹਾਂ, ਮੈਂ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਕਿ ਜਿਹੜੇ ਇਹ ਤੱਤਾਂ ਦੀ ਆਪਾਂ ਸਪਰੇ ਕਰਦੇ ਹਾਂ ਉਹਨਾਂ ਦੀ ਐਫੀਸ਼ੀਐਂਸੀ ਵੱਧ ਜਾਂਦੀ ਹੈ, ਬੂਟੇ ਦੇ ਵਿੱਚ ਜਿਹੜੀ ਹੈਗੀ ਅਪਟੇਕ ਜਲਦੀ ਹੋ ਜਾਂਦੀ ਹੈ ਪੱਤਿਆਂ ਦੇ ਰਾਹੀਂ, ਅਤੇ ਉਹਦਾ ਜਿਹੜਾ ਹੈਗਾ ਅਸਰ ਆ ਨਾਈਟ੍ਰੋਜਨ ਰਾਹੀਂ ਜਿਹੜਾ ਹੈਗਾ ਜਲਦੀ ਹੋ ਜਾਂਦਾ। ਤਾਂ ਆਪਾਂ ਉਨੀ ਕੁ ਵਰਤਣੀ ਹੈ, ਜ਼ਿਆਦਾ ਡੋਜ਼ ਨਹੀਂ ਵਰਤਣੀ ਹੈਗੀ, ਪ੍ਰੋਪਰ ਜਿਹੜਾ ਘੋਲ ਕੇ ਪਾਣੀ ਦਾ ਸਲਿਊਸ਼ਨ ਪ੍ਰੋਪਰ ਵਰਤਣਾ ਹੈਗਾ, 200 ਲੀਟਰ ਪਾਣੀ ਘੱਟੋ ਘੱਟ ਵਰਤਣਾ। ਜਦੋਂ ਆਪਾਂ ਪਾਣੀ ਵਰਤਦੇ ਹਾਂ ਉਹਦਾ ਵੀ ਅਸਰ ਜਿਹੜਾ ਹੈਗਾ ਸਹੀ ਨਹੀਂ ਹੁੰਦਾ। ਬਾਕੀ ਇੱਕ ਕਈ ਕਿਸਾਨ ਵੀਰਾਂ ਤਜਰਬੇ ਦੀ ਗੱਲ ਕੀਤੀ ਸੀ, ਨਿੱਜੀ ਤਜਰਬੇ ਤੋਂ ਬਿਨਾਂ ਮੈਂ ਕੋਈ ਵੀ ਜਿਹੜੀ ਹੈਗੀ ਹੈ ਜਾਣਕਾਰੀ ਤੁਹਾਡੇ ਨਾਲ ਸਾਂਝੀ ਨਹੀਂ ਕਰਦਾ, ਕਿਉਂਕਿ ਜਿੰਨਾ ਚਿਰ ਆਪਾਂ ਨੂੰ ਆਪ ਨੂੰ ਖੁਦ ਨਹੀਂ ਪਤਾ ਵੀ ਇਹਦੀ ਨੁਕਸਾਨ ਆ ਜਾਂ ਫਾਇਦਾ ਜਾਂ ਕੀ ਹੈ, ਤਾਂ ਉਦੋਂ ਬਿਨਾਂ ਮੈਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰਦਾ ਹੁੰਦਾ। ਬਾਕੀ ਜਿੰਨੇ ਵੀ ਕਿਸਾਨ ਵੀ ਮੇਰੇ ਨਾਲ ਜੁੜੇ ਹੈਗੇ ਆ ਉਹਨਾਂ ਦੇ ਨਿੱਜੀ ਤਜਰਬੇ ਰਲ ਕੇ ਤਾਂ ਕਈ ਗੁਣਾ ਜਿਹੜੇ ਹੈਗੇ ਵੱਧ ਜਾਂਦੇ ਆ, ਕਿਉਂਕਿ ਮੇਰੇ ਨਾਲ ਜਿਹੜੇ ਹੈਗੇ ਸੈਂਕੜੇ ਕਿਸਾਨ ਵੀਰ ਜੁੜੇ ਹੈਗੇ ਆ, ਅਤੇ ਵੈਸੇ ਵੀ ਮੈਂ ਜਿਹੜੇ ਐਕਸਪਰਟਸ ਨਾਲ ਗੱਲ ਕਰਦਾ ਰਹਿੰਦਾ ਅਤੇ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਵਿਚਰਨ ਦੀ ਕੋਸ਼ਿਸ਼ ਕਰੀ ਦੀ ਹੈ। ਹੋਰ ਵੀ ਜੇ ਕੋਈ ਸਵਾਲ ਹੁੰਦਾ ਤਾਂ ਜ਼ਰੂਰ ਇਹ ਕਲੈਰੀਫਾਈ ਕਰ ਲੈਣਾ ਚਾਹੀਦਾ, ਕਿਉਂਕਿ ਇਹਦੇ ਨਾਲ ਜਿਹੜਾ ਪਤਾ ਲੱਗੂਗਾ ਕਿ ਜੇ ਫੀਡਬੈਕ ਅੱਗੇ ਆਉਂਦਾ ਤਾਂ ਉਹਦੇ ਨਾਲ ਜਿਹੜਾ ਹੋਊਗਾ ਹੋਰ ਆਪਾਂ ਵੱਧ ਤੋਂ ਵੱਧ ਕਲੈਰੀਫਾਈ ਕਰ ਸਕਦੇ ਹਾਂ ਅਤੇ ਇਹਦਾ ਆਪਾਂ ਫਾਇਦਾ ਉਠਾ ਸਕਦੇ ਹਾਂ। ਹੋਰ ਵੀ ਕੋਈ ਸਵਾਲ ਹੋਵੇ ਤਾਂ ਜ਼ਰੂਰ ਜਿਹੜਾ ਹੈਗਾ ਥੱਲੇ ਜਿਹੜਾ ਕਮੈਂਟ ਕਰਕੇ ਦੱਸ ਦੇਣਾ, ਅਤੇ ਵੱਧ ਤੋਂ ਵੱਧ ਜਿਹੜੀ ਹੈਗੀ ਜਾਣਕਾਰੀ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰਦਿਆ ਕਰੋ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ।